ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਔਰ ਅਸੀਂ ਅੱਜ ਪਹੁੰਚ ਗਏ ਫਿਰ ਤੋਂ ਇੱਕ ਵਾਰੀ ਤੁਹਾਨੂੰ ਤੁਹਾਡੇ ਦਿਲਾਂ ਦੀਆਂ ਧੜਕਣਾਂ ਨੂੰ ਲੈ ਕੇ ਦਰਬਾਰ ਸਾਹਿਬ ਕਰਤਾਰਪੁਰ ਦੇ ਵੈਲਕਮਿੰਗ ਬੋਰਡ ਹੈ ਜੀ, ਖੁਸ਼ ਆਮਦੀਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਠੀਕ ਹੈ ਜੀ। ਔਰ ਇਹ ਦਰਬਾਰ ਸਾਹਿਬ ਕਰਤਾਰਪੁਰ ਲਾਂਘਾ ਜਿਹੜਾ ਹੈ ਨਾਰੋਵਾਲ ਸਾਈਡ ਤੋਂ ਆਪਾਂ ਜਿਹੜੇ ਦਾਖਲ ਹੋਏ ਹਾਂ ਔਰ ਅਸੀਂ ਜਾ ਰਹੇ ਹਾਂ ਕਰਤਾਰਪੁਰ ਵਿਖੇ। ਅੱਜ ਦੀ ਸਾਡੀ ਜਿਹੜੀ ਯਾਤਰਾ ਹੈ, ਸਮਝ ਲਓ ਤੁਸੀਂ ਜਿਸ ਵੇਲੇ ਵੀਡੀਓ ਦੇਖੋਗੇ ਤੇ ਉਸ ਵੇਲੇ ਤਕਰੀਬਨ ਲਾਂਘਾ ਖੁੱਲ ਰਿਹਾ ਹੋਏਗਾ ਔਰ ਬਹੁਤ ਵਧੀਆ ਮੌਸਮ ਹੈ ਜੀ ਇਸ ਵੇਲੇ। ਚੌਲ ਜਿਹੜਾ ਸੀ ਤੁਹਾਨੂੰ ਬਿਲਕੁਲ ਸਾਵਾ ਦਿਖਾਇਆ ਸੀ, ਸਬਜ਼ ਦਿਖਾਇਆ ਸੀ, ਉਹ ਇਸ ਵੇਲੇ ਹੋ ਚੁੱਕਿਆ, ਹਰਾ ਹੋ ਗਿਆ, ਹਰੇ ਤੋਂ ਸੋਰੀ ਸੁੱਕ ਗਿਆ, ਹੁਣ ਝਾੜ ਪੈਣ ਵਾਲੀ ਹੈ ਇਹਨੂੰ, ਠੀਕ ਹੈ ਜੀ। ਲੈਫਟ ਰਾਈਟ ਦੇ ਉੱਤੇ ਰਾਈਸ ਜਿਹੜੀ ਆ ਫੀਲਡ ਹੈ ਔਰ ਸੈਂਟਰ ਵਿੱਚ ਸਾਡਾ ਰੋਡ ਚੱਲ ਰਿਹਾ ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਂਦੇ ਹੋਏ। ਐਲਈਡੀ ਲਾਈਟਸ ਦਾ ਪ੍ਰਬੰਧ ਕੀਤਾ ਗਿਆ। ਲੈਫਟ ਸਾਈਡ ਦੇ ਉੱਤੇ ਓਲਡ ਵਿਲੇਜ ਦੋਦਾ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਸਭ ਤੋਂ ਆ ਕੇ ਪਹਿਲੇ ਠਹਿਰੇ ਸੀ, ਪਿੰਡ ਦੇ ਚੌਧਰੀ ਨੇ ਕੁਝ ਕਿੱਲੇ ਜ਼ਮੀਨ ਦੇ ਕੇ ਬਾਬਾ ਜੀ ਨੂੰ, ਤੇ ਤੁਸੀਂ ਪਾਸਪੋਰਟ ਕੱਢ ਲਓ ਦਿੱਤੇ ਸੀਗੇ ਔਰ ਬਾਬਾ ਜੀ ਨੇ ਇੱਥੇ ਇਹ ਜਗ੍ਹਾ ਜਿਹੜੀ ਸੀ ਰਹਿਣ ਵਾਸਤੇ ਚੁਣੀ ਸੀਗੀ ਆਪਣੇ। ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ ਜੀ, ਔਰ ਆਪਾਂ ਚੱਲਦੇ ਹਾਂ ਅੱਗੇ ਔਰ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ, ਠੀਕ ਹੈ ਜੀ। ਰੱਬ ਰਾਖਾ ਜੀ। ਜੀ ਵੈਲਕਮ ਬੈਕ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ। ਰੇਡੀਓ ਸਾਡੇ ਵਾਲਾ ਦੀ ਟੀਮ ਅੱਜ ਇੱਕ ਵਾਰੀ ਫੇਰ ਪਹੁੰਚ ਗਈ ਹੈ ਦਰਬਾਰ ਸਾਹਿਬ ਕਰਤਾਰਪੁਰ ਵਿਖੇ, ਜਿੱਥੇ ਕਿ ਹੁਮ ਹੁਮ ਆ ਕੇ ਬਾਬਾ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰੂ ਪੁਰਬ ਦੀ ਆਗਮਨ ਪੁਰਬ ਦੇ ਵਿੱਚ ਬਹੁਤ ਵੱਡਾ ਇੱਕ ਇਕੱਠ ਹੋ ਰਿਹਾ ਹੈ, ਜਿਹਦੇ ਵਿੱਚ ਈਸਟ ਔਰ ਵੈਸਟ ਪੰਜਾਬ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਜਿਹੜੀ ਅਰਦਾਸ ਕਰਦੀਆਂ ਨੇ ਸੁਬਹਾ ਸ਼ਾਮ ਕੇ ਖੁੱਲੇ ਦਰਸ਼ਨ ਔਰ ਦੀਦਾਰੇ, ਉਹ ਵਕਤ ਆ ਗਿਆ ਹੈ ਜੀ ਖੁੱਲੇ ਔਰ ਦਰਸ਼ਨ ਔਰ ਦੀਦਾਰਿਆਂ ਦਾ। ਔਰ ਮੈਂ ਕਹਾਂਗਾ ਕਿ ਗੁਰਪਿਆਰੀ ਸੰਗਤ ਜੀ, ਤੁਹਾਡੀਆਂ ਅਰਦਾਸਾਂ ਬਿਨਤੀਆਂ ਜਿਹੜੀਆਂ ਪ੍ਰਵਾਨ ਹੋਈਆਂ ਔਰ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਤੁਸੀਂ ਐਟਲੀਸਟ ਉਹ ਦਿਨ ਦਾ ਜਿਹੜਾ ਨੇੜਤਾ ਆਉਂਦੀ ਜਾ ਰਹੀ ਹੈ, ਦੋ ਦਿਨ ਦੇ ਵਿੱਚ ਇਹ ਲਾਂਘਾ ਜਿਹੜਾ ਖੁੱਲ੍ਹ ਜਾਣਾ ਔਰ ਪ੍ਰੋਪਰ ਤਰੀਕੇ ਨਾਲ ਸਾਰੀ ਪੋਲਿਸੀਜ਼ ਜਿਹੜੀਆਂ ਨੇ ਉਹ ਸਾਹਮਣੇ ਆ। ਟੈਂਟ ਤੁਸੀਂ ਦੇਖ ਲਓ ਜੀ, ਸਿਟੀ ਕਿੰਨੀ ਵੱਡੀ ਲੱਗੀ ਪਈ ਹੈ, ਹੋਰ ਵੀ ਲੱਗੇ ਪਏ ਆ ਟੈਂਟ। ਕਾਰ ਪਾਰਕਿੰਗ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਕਾਰ ਪਾਰਕਿੰਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਘਰ ਦੀ ਲੁੱਕ ਜਿਹੜੀ ਨਿਊ ਲੁੱਕ ਹੈ ਉਹ ਕਿੱਦਾਂ ਦੀ ਨਜ਼ਰ ਆ ਰਹੀ ਹੈ ਔਰ ਬਹੁਤ ਵਧੀਆ ਮਨਾਜ਼ਰ ਨੇ ਔਰ ਸੰਗਤਾਂ ਜਿਹੜੀਆਂ ਨੇ ਉਹ ਹੁਮ ਹੁਮਾ ਕੇ ਪਹੁੰਚ ਰਹੀਆਂ ਨੇ, ਰਜਿਸਟ੍ਰੇਸ਼ਨਾਂ ਹੋ ਰਹੀਆਂ ਨੇ, ਇਨਵੀਟੇਸ਼ਨਸ ਦਿੱਤੀਆਂ ਜਾ ਰਹੀਆਂ ਨੇ ਔਰ ਬਹੁਤ ਵਧੀਆ ਲੱਗ ਰਿਹਾ ਸਾਨੂੰ ਕਿ ਅਸੀਂ ਉਸ ਟਾਈਮ 'ਤੇ ਪਹੁੰਚੇ ਹਾਂ ਜਦੋਂ ਕਿ ਤਮਾਮ ਕੰਮ ਜਿਹੜੇ ਨੇ ਮੁਕੰਮਲ ਹੋ ਚੁੱਕੇ ਨੇ ਔਰ ਆਪਾਂ ਸਿਰਫ ਔਰ ਸਿਰਫ ਜਿਹੜਾ ਹੈ ਦਰਸ਼ਨ ਦੀਦਾਰੇ ਕਰਾਉਣ ਵਾਸਤੇ ਜਿਹੜੇ ਨੇ ਅਸੀਂ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਹਾਂ, ਠੀਕ ਹੈ ਜੀ। ਯੂ ਆਰ ਵਾਚਿੰਗ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਇਹ ਸਰ ਬਾਈ ਤਰਫ ਹੈ, ਇਹ ਪਾਰਕਿੰਗ ਵਹੀ ਮੇਨ ਮੇਨ ਗੇਟ ਆਪ ਉਸ ਤਰਫ ਚਲੇ ਜਾ। ਅੱਛਾ, ਇਹ ਬੰਦ ਹੋਤਾ ਹੈ ਪੱਕਾ, ਇਹ ਨਹੀਂ ਇਧਰ ਸੇ ਵਾਪਸ ਜਾ ਕੇ ਨਾ ਵਾਪਸ ਜਾ ਕੇ ਜਾਂ ਡਬਲ ਰੋਡ ਹੈ ਨਾ ਜੋ ਉਹ ਜਾ ਰਹਾ ਉੱਪਰ ਰਾਈਟ ਵਾਲਾ ਰੋਡ ਉਹ ਲੈ ਲੈ, ਠੀਕ ਠੀਕ ਹੈ ਜੀ। ਥੋੜਾ ਜਿਹਾ ਪਹਿਲੇ ਦੀ ਤਰ੍ਹਾਂ ਫਿਰ ਡਾਈਵਰਟ ਕੇ ਵੀ ਮੇਨ ਰਸਤਾ ਜਿਹੜਾ ਫਿਲਹਾਲ ਪ੍ਰੋਗਰਾਮ ਤੱਕ ਜਿਹੜਾ ਉਹ ਕਲੋਜ਼ ਰੱਖਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਇਹਨੂੰ ਕਹਿ ਰਹੇ ਨੇ ਕਿ ਪ੍ਰੋਪਰ ਤਰੀਕੇ ਨਾਲ ਖੋਲਿਆ ਜਾਏਗਾ। ਸੋ ਵੀ ਆਰ ਗੋਇੰਗ ਬੈਕ ਔਰ ਬੈਕ ਜਾਂਦੇ ਹੋਏ ਤੁਹਾਨੂੰ ਫਿਰ ਇੱਕ ਵਾਰੀ ਜਿਹੜਾ ਅਸੀਂ ਦੱਸ ਦਈਏ ਕਿ ਅਸੀਂ ਤੁਹਾਨੂੰ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਲੈ ਕੇ ਆਏ ਹਾਂ ਔਰ ਧੰਨ ਭਾਗ ਸਾਡੇ ਕਿ ਅਸੀਂ ਜਦੋਂ ਜਦੋਂ ਵੀ ਕਰਤਾਰਪੁਰ ਸਾਹਿਬ ਵਿੱਚ ਕੋਈ ਨਵੀਂ ਚੇਂਜ ਹੋਣ ਵਾਲੀ ਹੋਈ ਹੈ, ਰੱਬ ਦੀ ਮਿਹਰ ਨਾਲ, ਰੱਬ ਦੀ ਰਹਿਮਤ ਦੇ ਨਾਲ ਅਸੀਂ ਦਰਬਾਰ ਸਾਹਿਬ ਕਰਤਾਰਪੁਰੇ ਵਿਖੇ ਪਹੁੰਚ ਗਏ ਔਰ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਏ ਔਰ ਤੁਹਾਡੀਆਂ ਜਿਹੜੀਆਂ ਅਰਦਾਸਾਂ ਬਿਨਤੀਆਂ ਸਾਨੂੰ ਪ੍ਰਵਾਨ ਹੋਈਆਂ ਔਰ ਇੱਕ ਦੁਬਾਰਾ ਤੋਂ ਈਸਟ ਔਰ ਵੈਸਟ ਪੰਜਾਬ ਦੀਆਂ ਜਿਹੜੀਆਂ ਸੰਗਤਾਂ ਸਨ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਅਰਦਾਸ ਸੀ, ਜਿਹੜੀ ਉਮੀਦ ਸੀ, ਪਿਆਰ ਮੁਹੱਬਤ ਸੀ, ਉਹ ਪੂਰਾ ਹੋਣ ਲਈ ਜਾ ਰਿਹਾ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਿਮ ਕਾ ਪੀਰ। ਦੇਖੋ ਉਹੀ ਇਹ ਸਲੋਗਨ ਇੱਥੇ ਵੱਜਦਾ ਸੀ ਉਸ ਵੇਲੇ ਪ੍ਰੀ ਪਾਰਟੀਸ਼ਨ ਜਦੋਂ ਸਾਰੀਆਂ ਸੰਗਤਾਂ ਇਕੱਠੀਆਂ ਰਹਿੰਦੀਆਂ ਸਨ। ਤਾਂ ਸੋ ਬਹੁਤ ਜ਼ਿਆਦਾ ਸਾਰੇ ਲੋਕਾਂ ਦੀ ਮਾਨਤਾ ਜਿਹੜੀ ਹੈ ਬਾਬਾ ਗੁਰੂ ਨਾਨਕ ਸਾਹਿਬ ਦੇ ਬਾਰੇ 'ਚ ਹੈ, 12 ਕਰੋੜ ਨਾਨਕ ਨਾਮ ਲੈ ਵੈਸ ਵੇਲੇ ਦੁਨੀਆਂ ਦੇ ਵਿੱਚ।
ਹਰ ਟਾਈਮ ਖੁੱਲੇ ਦਰਸ਼ਨ ਔਰ ਦੀਦਾਰ ਦੇ ਭੁੱਖੇ ਬੈਠੇ ਹੋਏ ਨੇ, ਤਾਂ ਮੈਂ ਕਹਾਂਗਾ ਥੈਂਕ ਯੂ ਪੀਐਮ ਇਮਰਾਨ ਸਾਹਿਬ ਇਸ ਗੁਰੂ ਆਪਣਾ ਸੜਕ ਦਾ ਨਾਮ ਜਿਹੜਾ ਹੈ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਹੈ, ਸ਼ਾਹਰਾਏ ਬਾਬਾ ਗੁਰੂ ਨਾਨਕ ਸਾਹਿਬ, ਯਾਨੀ ਕਿ ਇਹ ਉਰਦੂ ਵਿਚ ਕਿਹਾ ਜਾਂਦਾ ਇਹਨੂੰ ਸ਼ਾਹਰਾ ਯਾਨੀ ਕਿ ਸਟਰੀਟ ਔਨ ਦੀ ਨੇਮ ਆਫ ਬਾਬਾ ਗੁਰੂ ਨਾਨਕ ਸਾਹਿਬ, ਆ ਮੇਨ ਜਿਹੜਾ ਰੋਡ ਹੈ ਇਹਦਾ ਨਾਮ ਰੱਖਿਆ ਗਿਆ। ਸੋ ਕੰਸਟਰਕਸ਼ਨ ਦੀਆਂ ਟੀਮਾਂ ਹਾਲੇ ਤੱਕ ਦੇਖੋ ਤੁਸੀਂ ਆਪਣਾ ਕੰਮ ਪੂਰਾ ਨਹੀਂ ਕਰ ਸਕੀਆਂ ਕਿਉਂਕਿ ਪਾਰਟ ਵਨ ਜਿਹੜਾ ਫੇਜ਼ ਵਨ ਹੀ ਪੂਰਾ ਹੋਇਆ, ਫਿਰ ਫੇਜ਼ ਟੂ ਪੂਰਾ ਹੋਣਾ, ਫੇਜ਼ ਥ੍ਰੀ ਪੂਰਾ ਹੋਣਾ, ਇਸ ਤਰ੍ਹਾਂ ਕਰਕੇ ਫਿਰ ਤਿੰਨ ਹਿੱਸਿਆਂ ਦੇ ਵਿੱਚ ਇਹ ਜਿਹੜੀ ਪੂਰਾ ਕੰਪਲੈਕਸ ਹੈ ਇਹ ਤਿਆਰ ਹੋਣਾ। ਕਾਫੀ ਲੋਕ ਪੁੱਛਦੇ ਆ ਕਿ ਬਾਬਾ ਜੀ ਕੰਮ ਮੁੱਕ ਗਿਆ ਜੀ, ਕੰਮ ਮੁੱਕਿਆ ਨਹੀਂ, ਕੰਮ ਜਾਰੀ ਹੈ, ਕੰਮ ਹਲੇ ਹੋ ਰਿਹਾ, ਲੇਕਿਨ ਫੇਜ਼ਿਸ ਦੇ ਵਿੱਚ ਹੋ ਰਿਹਾ। ਪਹਿਲੇ ਫੇਜ਼ ਦੇ ਵਿੱਚ ਮੇਨ ਕੰਪਲੈਕਸ ਨੂੰ ਤਿਆਰ ਕਰਨਾ ਸੀ, ਦੂਸਰੇ ਕੰਪਲੈਕਸ ਦੇ ਵਿੱਚ ਯਾਤਰੀ ਨਿਵਾਸ ਔਰ ਦੂਜੀਆਂ ਚੀਜ਼ਾਂ ਬਣਨੀਆਂ, ਤੀਜੇ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦੇ ਹੋਟਲ, ਫਾਈਵ ਸਟਾਰ ਹੋਟਲਸ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਨੀਆਂ ਨੇ। ਤੋ ਸੋ ਇਹ ਕਹਿ ਦੇਣਾ ਇੱਕ ਵਾਰੀ 'ਚ ਇਹ ਚੀਜ਼ਾਂ ਮੁਕੰਮਲ ਹੋ ਜਾਣ ਤਾਂ ਉਹ ਪੋਸੀਬਲ ਨਹੀਂ ਹੈਗੀਆਂ। ਆਈ ਐਮ ਯੂਅਰ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ ਐਂਡ ਯੂ ਆਰ ਵਾਚਿੰਗ ਰੇਡੀਓ ਸਾਡੇ ਵਾਲਾ। ਆਲ ਰਾਈਟਸ ਆਰ ਰਿਜ਼ਰਵ ਬਾਏ ਸਾਡੇ ਵਾਲਾ, ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਟੂ ਸ਼ੇਅਰ ਵਿਦ ਦੇਅਰ ਓਨ ਨੇਮ। ਇਫ ਯੂ ਵਾਂਟ ਟੂ ਸ਼ੇਅਰ ਦੈਨ ਯੂ ਕੈਨ ਯੂਜ਼ ਓਨਲੀ ਅਵਰ ਰੀਅਲ ਲਿੰਕ। ਠੀਕ ਹੈ ਜੀ, ਫਿਰ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਰੇਡੀਓ ਜਿਹੜੀ ਵੀਡੀਓ ਹੈ ਇਹ ਹੈਗੀ ਹੈ ਪ੍ਰੋਪਰਟੀ ਹੈ ਰੇਡੀਓ ਸਾਡੇ ਵਾਲਾ ਦੀ ਔਰ ਸ਼ਾਹਿਦ ਸ਼ਬੀਰ ਆਫੀਸ਼ੀਅਲ ਦੀ। ਸੋ ਆਪਾਂ ਅਸੀਂ ਪਹਿਲੀ ਦਰਸ਼ਨੀ ਡਿਊੜੀ ਦੇ ਸਾਹਮਣੇ ਪਹੁੰਚ ਗਏ ਹਾਂ। ਠੀਕ ਹੈ ਜੀ, ਕਾਰ ਪਾਰਕਿੰਗ ਵਿਖੇ ਆ ਗਏ ਅਸੀਂ ਜਿੱਥੇ ਅੱਗੇ ਫੁੱਲਾਂ ਦੇ ਨਾਲ ਔਰ ਬੂਟਿਆਂ ਦੇ ਨਾਲ ਸਾਡਾ ਇਸਤਕਬਾਲ ਕੀਤਾ ਜਾ ਰਿਹਾ, ਬਹੁਤ ਹੀ ਪਿਆਰੇ ਲੱਗ ਰਹੇ ਨੇ ਦਰਸ਼ਨ ਡਿਊੜੀ। ਆ ਲਿਖਿਆ ਹੋਇਆ ਜੀ ਦਰਸ਼ਨੀ ਡਿਊੜੀ। ਹੁਣ ਆਪਾਂ ਦਰਸ਼ਨੀ ਡਿਊੜੀ ਤੇ ਪਹੁੰਚ ਗਏ ਹਾਂ। ਬਸ ਉੱਥੇ ਲਾ ਲਓ ਸਾਈਡ ਤੇ। ਆੜੀਆਂ ਬੱਸਾਂ ਆਪਾਂ ਜ਼ਿਕਰ ਕੀਤਾ ਸੀ, ਠੀਕ ਹੈ ਜੀ। ਹਾਂਜੀ, ਹਾਂਜੀ ਜੀ, ਇਹ ਬੱਸਾਂ ਨੇ ਜਿਹੜੀਆਂ ਕਿ ਬਿਜਲੀ ਤੇ ਚੱਲਣੀਆਂ। ਹਾਂਜੀ, ਪੈਟਰੋਲ ਦਾ ਧੂੰਆਂ ਵੀ ਨਾ ਹੋਵੇ, ਪੂਰਾ ਖਿਆਲ ਰੱਖਿਆ ਗਿਆ ਜੀ। ਇਹ ਚ ਲਪੇਟ ਕੇ ਮਾਈਕ ਲਓ ਜੀ, ਕਰੋ ਦਰਸ਼ਨ। ਦਰਸ਼ਨੀ ਡਿਊੜੀ ਦੇ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਠੀਕ ਹੈ ਜੀ, ਪਾਰਟ ਵਨ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸੀ ਪਹਿਲੇ ਜਿਹੜੀ ਸਾਡੇ ਬੈਕ ਕਿ ਕੀ ਕੰਮ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜਿਹੜਾ ਕੰਮ, ਹਾਂਜੀ, ਆਲਮੋਸਟ ਮੁਕੰਮਲ ਹੈ ਔਰ ਅਸੀਂ ਦੁਬਾਰਾ ਤੋਂ ਫਿਰ ਇੱਕ ਵਾਰੀ ਤੁਹਾਡੀ ਹਾਜ਼ਰ ਹਾਂ ਤੁਹਾਡੀ ਨਜ਼ਰ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਅਸੀਂ ਅੱਜ ਰੇਡੀਓ ਸਾਡੇ ਵਾਲਾ ਦੀ ਕਹਿ ਲਓ ਸ਼ਰਟ ਪਾ ਕੇ ਆਪਣਾ ਪਹੁੰਚੇ ਹਾਂ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਸਾਡੇ ਨਾਲ ਮਾਤਾ ਬਲਵਿੰਦਰ ਕੌਰ ਜੀ ਨੇ ਔਰ ਬਾਪੂ ਸੋਹਨ ਸਿੰਘ ਬੰਦੇਸ਼ਾ ਜੀ ਆਏ ਹੋਏ ਨੇ USA ਤੋਂ। ਤਾਂ ਉਮੀਦ ਕਰਦੇ ਹਾਂ ਇਹਨਾਂ ਦੀ ਇਹ ਜਿਹੜੀ ਯਾਤਰਾ ਹੈ ਉਹ ਸਫਲ ਹੋਵੇਗੀ ਔਰ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਟੋਪਿਕ ਦੇ ਉੱਤੇ। ਠੀਕ ਹੈ ਜੀ, ਤੁਸੀਂ ਦਰਸ਼ਨ ਕਰਾਓ ਜੀ ਇਸ ਪਾਸੋਂ ਜ਼ਰਾ। ਠੀਕ ਹੈ ਜੀ, ਫਿਰ ਅਸੀਂ ਚੱਲਦੇ ਹਾਂ ਅੰਦਰ, ਫਿਰ ਤੁਹਾਨੂੰ ਅੰਦਰ ਦੇ ਦਰਸ਼ਨ ਜਿਹੜੇ ਨੇ ਦੂਸਰੇ ਪਾਰਟ 'ਚ ਦਿਖਾਉਂਦੇ ਹਾਂ ਜੀ। ਰੱਬ ਰਾਖਾ ਜੀ।